Where are you from? Japan. Japan. ਦੇਖੀ ਅੱਗੇ ਜਿਹੜਾ ਟਰਾਲਾ ਵੀ ਇੰਡੀਆ ਚ ਆਇਆ ਖੜਾ। ਹਾਂ ਉਹ ਤੇ ਟਰਾਲਾ ਖੜਾ ਇੱਕ ਵੱਡਾ ਬਾਈ ਵੀ ਜਿਹੜਾ NLC। ਹਾਂ ਇਹ ਤਾਰਾਂ ਤੋਂ ਪਾਰ ਇੰਡੀਆ ਦਾ ਪਿੰਡ ਨਜ਼ਰ ਆ ਰਿਹਾ। ਇਹ ਪਰਚਮ ਆ ਗਿਆ ਜੀ ਇੰਡੀਆ ਔਰ ਪਾਕਿਸਤਾਨ ਦੇ ਆਮਨੇ ਸਾਹਮਣੇ। ਅੱਛਾ ਯਾਰ ਮੈਂ ਰਾਤੀ ਜਦ ਵਾਸ਼ਰੂਮ ਜਾਣ ਲੱਗਾ ਤਾਂ ਵੇਖਿਆ ਤੇ ਯਾਰ ਉਹ ਸੀਟ ਜੀ ਲੱਗੀ ਹੈ, ਮੈਂ ਕਿਤੇ ਇਹ ਕੀ ਚੀਜ਼ ਹੈਗੀ, ਮੈਂ ਤਾਂ ਡਰ ਕੇ ਪਿੱਛੇ ਆ ਗਿਆ, ਮੈਂ ਕਿਤੇ ਤਾਂ ਦੂਆ ਸਿਸਟਮ ਹੀ ਕੋਈ ਨਹੀਂ ਹੈਗਾ। ਅਸਲਾਮੁ ਅਲੈਕੁਮ ਗਾਈਜ਼, ਵੈਲਕਮ ਬੈਕ ਨਵੇਂ ਅਤੇ ਬਿਹਤਰੀਨ ਵਲੋਗ ਦੇ ਨਾਲ ਹੋ ਗਿਆ ਜੀ ਹਾਜ਼ਰ। ਅਸੀਂ ਹਾਜ਼ਰ ਟਾਈਮ ਬੈਠੇ ਹੋਏ ਹਾਂ ਜੀ ਲਾਹੌਰ ਦੇ ਵਿੱਚ, ਅਤੇ ਮੈਂ ਤਾਂ ਜਿਹੜਾ ਨਾਸ਼ਾ ਕਿ ਟੁੱਬੀ ਛੁੱਬੀ ਲਾ ਕੇ ਹੁਣ ਹੀ ਬਾਹਰ ਨਿਕਲਿਆ। ਦੂਸਰੇ ਜਿਹੜੇ ਜਮੂਰੇ ਨੇ, ਇੱਕ ਜਮੂਰਾ ਇਹ ਵੇਖੋ ਬੈਠਾ ਇਹ ਤਿਆਰੀ 'ਚ ਨਾਵਣ ਦੀ, ਅਤੇ ਤੀਸਰਾ ਜਮੂਰਾ ਜਿਹੜਾ ਉਹ ਵੇਖੋ ਅੰਦਰ ਵਾਸ਼ਰੂਮ ਦੇ ਵਿੱਚ ਜਿਹੜਾ ਆਪਦੇ ਵਾਲ ਸਿੱਧੇ ਕਰ ਰਿਹਾ ਬਾਏ ਟੂ। ਅਤੇ ਅੱਜ ਜੀ ਇੱਥੇ ਲਾਹੌਰ ਦਾ ਜਿਹੜਾ ਬਾਰਡਰ ਏ ਉੱਧਰ ਜਾਣ ਦਾ ਇਰਾਦਾ। ਇੱਧਰ ਵੇਖ ਲਓ ਜੀ ਇਹ ਕੀ ਹੋ ਰਿਹਾ ਸਿੱਧੂ ਸਾਹਿਬ ਤਮੀਜ਼ ਨਾਲ। ਹਾਂ ਬਈ ਹੋ ਗਿਆ ਤੂੰ ਤਾਜ਼ਾ? ਮੈਂ ਤਾਂ ਤਾਜ਼ਾ ਦਮ ਹੋ ਗਿਆ ਜੀ ਹੁਣ, ਇਹ ਸਾਰਾ ਨਾਲ ਕਾਲਾ ਸੀ ਸੁਭਾ, ਮੈਨੂੰ 5 ਵਜੇ ਉਠਾ ਦਿੱਤਾ ਉੱਠੋ, ਕਾਲੇ ਤੱਕ ਮੈਂ ਆਪ ਪਿੱਛੇ ਫਿਰ ਰਿਹਾ ਹਲੇ ਨਾ ਨਾਲਾ ਫਿਰਦਾ। ਬਸ ਜੀ 2 ਮਿੰਟ ਦੇਵੋ ਸਿਰੇ, ਮੈਂ ਨਾ ਕੇ ਟੁੱਬੀ ਛੁੱਬੀ ਲਾ ਤੇ ਹੁਣੇ ਆਇਆ ਵਾਪਸੀ। ਆ ਜਾ ਲੁਕਦਾ ਚੱਲ ਚੱਲ ਗਾ ਵੱਟ ਜਾ ਕੀ ਹੁਣ ਨਾ ਲੈ ਯਾਰ ਹਿੰਮਤ ਮਾਰ, ਨਾਸ਼ਤਾ ਆਉਣ ਲੱਗਿਆ ਫਿਰ ਆਪਾਂ ਜਾਣਾ ਹੈ। ਉਹ ਕੋਈ ਨੀ ਵਿੱਚ ਲਾਲ ਬੇਗ ਹੈਗਾ ਚੱਲ ਤੂੰ। ਅੱਛਾ ਯਾਰ ਮੈਂ ਰਾਤੀ ਜਦ ਵਾਸ਼ਰੂਮ ਜਾਣ ਲੱਗਾ ਤਾਂ ਵੇਖਿਆ ਯਾਰ ਉਹ ਸੀਟ ਜੀ ਲੱਗੀ ਹੈ, ਮੈਂ ਕਿਤੇ ਇਹ ਕੀ ਚੀਜ਼ ਹੈਗੀ, ਮੈਂ ਤਾਂ ਡਰ ਕੇ ਪਿੱਛੇ ਆ ਗਿਆ, ਮੈਂ ਕਿਤੇ ਤਾਂ ਦੂਆ ਸਿਸਟਮ ਹੀ ਕੋਈ ਨਹੀਂ ਹੈਗਾ। ਲੇਕਿਨ ਜਿਹੜਾ ਨਾ ਯਾਰ ਪਤਾ ਹੈਗਾ ਸੀ, ਲੇਕਿਨ ਮੈਂ ਇੱਕ ਵਾਰੀ ਜਿਹੜਾ ਨਾ ਕਨਫਿਊਜ਼ ਜੀ ਹੋ ਗਿਆ, ਲੇਕਿਨ ਮੈਂ ਕਿਹਾ ਯਾਰ ਇਹ ਕੀ ਚੀਜ਼ ਹੈਗੀ, ਫਿਰ ਸਮਝ ਆਈ ਕਿ ਅਸੀਂ ਲਾਹੌਰ ਦੇ ਵਿੱਚ ਹੈਗੇ ਹਾਂ ਤਾਂ ਵਾਸਤੇ ਲਾਹੌਰ ਦੇ ਵਿੱਚ ਐਵੇਂ ਦੀਆਂ ਕੁਰਤੀਆਂ ਨੇ ਬਹਿਣ ਵਾਲੀਆਂ। ਐਵੇਂ ਨੀ ਕਿਹਾ ਜਿਹਨੇ ਲਾਹੌਰ ਨੀ ਵੇਖਿਆ ਉਹ ਜੰਮਿਆ ਨਹੀਂ, ਲੇਕਿਨ ਮੈਂ ਹੁਣ ਟਰਾਈ ਕਰਦੇ ਵੇਖਣਾ, ਚੈੱਕ ਕਰਕੇ ਵੇਖ ਮਜ਼ਾ ਆਏਗਾ। ਤਾਂ ਮੈਂ ਬਾ ਵੀਡੀਓ ਥੋੜੀ ਰਹਿ ਗਈ ਸੀ, ਇਹ ਵੇਖ ਰਿਹਾ ਵੀ ਅਪਲੋਡ ਹੋ ਜਾਵੇ ਤਾਂ ਮੈਂ ਅੰਦਰ ਜਾਵਾਂ। ਇਹ ਵਾਗਰੂ ਹੁੰਦੀ ਰਹੇਗੀ, ਇਹ ਹੋ ਜਾਏਗੀ ਤੂੰ ਜਾ ਜੀ। ਮਾਸ਼ਾਅੱਲਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਭਾਈ ਹਾਸ਼ਮ ਅਲੀ ਅੱਗੇ ਅਸੀਂ ਦੱਸ ਚੁੱਕੇ ਹਾਂ ਕਿ ਰਾਤ ਇਹਨਾਂ ਕੋਲ ਗੁਜ਼ਾਰੀ, ਮਾਸ਼ਾਅੱਲਾ ਬੜੀ ਮਹਿਮਾਨ ਨਵਾਜ਼ੀ ਅਤੇ ਬੜਾ ਹੀ ਇਹਨਾਂ ਨੇ ਪ੍ਰੋਟੋਕੋਲ ਦਿੱਤਾ, ਇਹਨਾਂ ਦੀ ਬੜੀ ਮੁਹੱਬਤ ਹੈ ਜੀ। ਮਾਸ਼ਾਅੱਲਾ ਭਾਈ ਹਾਸ਼ਮ ਸਾਹਿਬ ਮੇਰੇ ਪਿੱਛੇ ਖੜ੍ਹੇ ਨੇ, ਹੁਣ ਅਸੀਂ ਇਹਨਾਂ ਕੋਲੋਂ ਇਜਾਜ਼ਤ ਲੈਣ ਵਾਸਤੇ ਖੜ੍ਹੇ ਹੋਏ ਹਾਂ ਜੀ। ਬਸ ਇਜਾਜ਼ਤ ਲੈਣੇ ਅਤੇ ਇਸ ਤੋਂ ਬਾਅਦ ਵਾਹਗਾ ਬਾਰਡਰ ਵਾਲੀ ਸਾਈਡ 'ਤੇ ਲਾਹੌਰ ਵਾਲਾ ਜਿਹੜਾ ਬਾਰਡਰ ਏ ਇੱਧਰ ਜਾਣਾ, ਇੱਧਰੋਂ ਦਾ ਕਰਾਉਣ ਆ ਦੋਸਤਾਂ ਨੂੰ ਵੀ ਵਿਜ਼ਿਟ, ਅਤੇ ਨਾਲੇ ਆਪ ਵੀ ਕਰਾਂਗੇ। ਮੁੰਡੇ ਛੁੰਡੇ ਵੇਖੋ ਤਿਆਰ ਹੋ ਕੇ ਜਿਹੜੇ ਨੇ ਉਹ ਹੁਣ ਗੇਟ ਦੇ ਅੱਗੇ ਖੜੇ ਨੇ। ਅਸਲਾਮ ਅਲੈਕੁਮ, ਕੀ ਹਾਲ ਚਾਲ ਨੇ, ਸਾਰੇ ਠੀਕ ਹੋ? ਅਸਲਾਮ ਅਲੈਕੁਮ, ਉਹਦੇ ਵਾਲਾ ਕਰੀ ਨਾ ਚਾਹਤ ਫਤਿਹ ਅਲੀ ਖਾਨ। ਅਸਲਾਮ ਅਲੈਕੁਮ। ਹਾਂ ਤੇ ਇਹ ਜੀ ਭਾਈ ਹਾਸ਼ਮ ਸਾਹਿਬ ਨੇ, ਭਾਈ ਹਾਸ਼ਮ ਬਹੁਤ ਸ਼ੁਕਰੀਆ ਤੁਹਾਡਾ ਮੁਹੱਬਤਾਂ ਜਿਹੜੀਆਂ ਤੁਸੀਂ ਦਿੱਤੀਆਂ, ਤੇ ਇਨਸ਼ਾਅੱਲਾ ਆਓ ਜੀ ਹੁਣ ਅੱਗੇ ਆਪਾਂ ਬਾਰਡਰ ਤੇ ਹੀ ਆਪਣੀ ਮੁਲਾਕਾਤ ਹੁੰਦੀ ਹੈ। ਤੇ ਇੱਥੋਂ ਲਾਹੌਰ ਚੋਂ ਨਿਕਲਨੇ ਰਵਾਨਾ ਹੋ ਗਿਆ ਵਾਹਗਾ ਬਾਰਡਰ ਵਾਲੀ ਸਾਈਡ ਨੂੰ, ਇਹ ਲਾਹੌਰ ਦਾ ਅੰਡਰ ਪਾਸ ਆ ਗਿਆ ਜੀ, ਬੜਾ ਹੀ ਖੂਬਸੂਰਤ ਹੈ। ਲਾਹੌਰ ਦੇ ਵਿੱਚ ਮਾਸ਼ਾਅੱਲਾ ਗਰੀਨਰੀ ਬਹੁਤ ਹੈ ਜੀ, ਦਰਖਤ ਬਹੁਤ ਜ਼ਿਆਦਾ ਨੇ ਅਤੇ ਬਿਹਤਰੀਨ ਰੋਡ ਨੇ, ਅਤੇ ਥੋੜ੍ਹਾ ਜਿਹਾ ਇਹ ਤੁਹਾਨੂੰ ਦਿਖਾਇਆ ਐਵੇਂ ਬਿਲਕੁਲ ਹੀ
ਬਹੁਤ ਵਧੀਆ ਰੋਡ ਤੇ ਕਮਾਲ ਦਾ ਮਾਸ਼ਾਅੱਲਾ ਇੱਥੇ ਦਰਖਤ ਤੇ ਖੂਬਸੂਰਤੀ ਵਧਾਉਂਦਾ। ਆਵਾਮ ਚੈੱਕ ਕਰ ਲਓ, ਤਕਰੀਬਨ 3:30 ਵਜੇ 15 ਮਿੰਟਾਂ 'ਤੇ ਉਹਨਾਂ ਨੇ ਵਾਹਗਾ ਬਾਰਡਰ ਦੀ ਐਂਟਰੀ ਜਿਹੜੀ ਹੈ ਉਹ ਖੋਲ੍ਹ ਦੇਣੀ ਹੈ ਅਤੇ ਟਾਈਮ ਤਕਰੀਬਨ 3:05-10 ਮਿੰਟ ਹੋ ਗਏ ਨੇ। ਆਵਾਮ ਜਿਹੜੀ ਹੈਗੀ ਉਹਨਾਂ ਨੇ ਫੌਜੀ ਨੇ ਕਿਹਾ ਵੀ ਲਾਈਨ ਬਣਾ ਲਓ ਅਤੇ ਲਾਈਨ 'ਚ ਇੱਕ ਵਾਰੀ ਵੇਖੋ ਕਿਵੇਂ ਭੱਜੇ। ਉਹ ਲਾਈਨ ਬਣਾਈ, ਲਾਈਨ ਉੱਥੇ ਬਣਾਈ ਜਾਂਦੇ ਨੇ, ਹੁਣ ਚੈਕਿੰਗ ਉੱਥੋਂ ਹੋ ਕੇ ਜਿਹੜੇ ਨੇ ਬੰਦਿਆਂ ਨੇ ਜਿਹੜਾ ਨਾ ਉਹ ਜਾਣਾ ਦੂਰੋਂ ਦੂਰੋਂ। ਇੱਥੇ ਪੂਰੇ ਪਾਕਿਸਤਾਨ 'ਚ ਬਹੁਤ ਦੂਰੋਂ ਦੂਰੋਂ ਆਉਂਦੀਆਂ ਨੇ, ਬਲੋਚਿਸਤਾਨ, ਸਿੰਧ, ਸਰਹੱਦ ਤੱਕ ਦੁਨੀਆ ਜਿਹੜੀ ਬੱਸਾਂ 'ਤੇ ਵਾਹਗਾ ਬਾਰਡਰ ਪਹੁੰਚਦੀ ਹੈ ਵੇਖਣ। ਲੈ ਜੀ ਵਾਹਗਾ ਬਾਰਡਰ ਬਹੁਤ ਚੰਗਾ ਨਹੀਂ ਗਿਆ ਆਉਂਦਾ। ਹਾਂਜੀ ਛੋਰੋ ਕਿਵੇਂ? ਮੈਂ ਆਉਂਦਾ ਪਿਆ ਉਸਤਾ ਜੀ, ਬੜਾ ਮਾਹੌਲ ਹੈਗਾ ਵਾਹਗਾ ਬਾਰਡਰ 'ਤੇ। ਅੱਛਾ, ਅੱਜ 16 ਅਗਸਤ ਹੈਗੀ ਹੈ, ਹਾਂ ਕਿਵੇਂ ਗੱਲ ਲੈਣਾ? ਅਗਸਤ ਨੂੰ ਛੱਡ ਕੇ ਪਤਾ ਨਹੀਂ ਲੱਗਦੀ ਕਦੋਂ ਵੀਡੀਓ ਅੱਗੇ ਪਿੱਛੇ ਹੋ ਜਾਂਦੀ ਹੈ, ਬਸ ਇਹ ਦੱਸੋ ਕਿਉਂਕਿ ਟਾਈਮ ਜਿਹੜਾ ਅੱਗਾ ਪਿੱਛੇ ਹੋ ਜਾਂਦਾ ਲੱਗਣ ਦਾ। ਅਸੀਂ ਆਏ ਸੀ ਬੜੇ ਦੂਰ ਉਪਾਤ ਕਰਕੇ ਆਰਫ ਵਾਲੇ ਦੇ ਵਿੱਚੋਂ ਤੇ ਬਾਬਲ ਨਗਰੋਂ, ਜਿਹੜਾ ਵਾਹ ਕੇ ਬਾਰਡਰ ਦਾ ਮਾਲ ਚੋਲ ਜਾ ਕੇ ਵੇਖਣਾ। ਅੱਜ ਆਇਆ ਵੇਖਣੇ ਚੱਲ ਕੇ, ਜ਼ਿੰਦਗੀ 'ਚ ਪਹਿਲੀ ਦਫਾ ਵਾਹ ਕੇ ਬਾਰਡਰ ਤੇ ਜਾਣ ਲੱਗਾ ਕਿ ਮੈਂ ਕੋਈ ਵੇਖੀ ਅੱਗੇ ਜਿਹੜਾ ਟਰਾਲਾ ਵੀ ਇੰਡੀਆ 'ਚ ਆਇਆ ਖੜਾ। ਹਾਂ ਉਹ ਤੇ ਟਰਾਲਾ ਖੜਾ ਇੱਕ ਵੱਡਾ ਬਾਈ ਵੀ ਐਨਐਲਸੀ, ਹਾਂ ਉਸ ਕੰਪਨੀ ਦਾ ਟਰਾਲਾ ਜਿਹੜਾ ਉਹ ਮੇਰੇ ਖਿਆਲ ਨਾਲ ਉਧਰੋਂ ਤੇ ਮਾਲ ਛਾਲ ਉਧਰ ਲਾ ਤੇ ਆਇਆ। ਤੇਰੇ ਖਿਆਲ ਨਾਲ ਨਹੀਂ, ਤੇਰੀ ਤਲਾਹ ਵਾਸਤੇ ਆਇਆ ਹੀ ਉਧਰੋਂ ਆਇਆ, ਤੇ ਉਧਰੋਂ ਇਹ ਵੀ ਮਾਲ ਲਾ ਤੇ ਉਧਰੋਂ ਆਇਆ ਨਾ। ਹਾਂ ਮੈਂ ਤਾਂ ਵੀ ਇੱਥੇ ਬੜਾ ਮਾਹੌਲ ਹੈਗਾ, ਉਧਰ ਗੱਡੀਆਂ ਛੜੀਆਂ ਆਉਂਦੀਆਂ ਜਾਂਦੀਆਂ ਹੈਗੀਆਂ ਨੇ, ਤਜਾਰਤ ਦਾ ਸਿਸਟਮ ਚੱਲ ਪਿਆ ਤੇ ਉਹ ਵਾਹਗਾ ਬਾਰਡਰ ਜਿੱਥੇ ਸਰਮਨੀ ਸੁਰਮਨੀ ਤੇ ਬੜਾ ਮਾਹੌਲ ਚੱਲ ਹੁੰਦਾ। ਇੱਥੇ ਜਾਂਦੇ ਹਾਂ ਹੁਣ, ਆਏ ਖਸਮਾਂ ਲੱਤ 'ਚ ਹੀ ਮਾਰ ਦਿੱਤੀ। ਐਂਟਰੀ ਗਈ ਹੈ ਜੀ, ਹੋ ਹੁਣ ਆਵਾਮ ਦੀ ਤੁਸੀਂ ਚੈੱਕ ਕਰੋ ਆਉਣੀ ਕਿਵੇਂ ਅਤੇ ਕਿਵੇਂ ਭੱਜਦੇ ਜਾਂਦੇ ਨੇ। ਪਿੱਛੇ ਜਿਹੜਾ ਬੱਸ ਵੀ ਆ ਰਹੀ ਹੈ ਅੱਗੇ, ਕਿਉਂਕਿ ਥੋੜ੍ਹਾ ਜਿਹਾ ਬੰਦ ਐਵੇਂ ਹੁਣ ਐਂਟਰੀ ਹੁਣੇ ਹੀ ਸ਼ੁਰੂ ਹੋਈ ਹੈ। ਆਵਾਮ ਸਾਰੀ ਤੁਹਾਨੂੰ ਪਤਾ ਇੱਕ ਵਾਰੀ ਕਮਲੀ ਹੋ ਜਾਂਦੀ ਕਿਧਰੇ ਨਹੀਂ, ਜਿਵੇਂ ਕੁਝ ਸਾਲਾਂ ਬਾਅਦ ਹੀ ਬੰਨੇ ਜਿਹੜੇ ਨੇ ਉਹ ਛੱਡੇ ਹੁੰਦੇ ਨੇ। ਮੇਰੇ ਵਾਲੇ ਬੇਲੀ ਪਤਾ ਨਹੀਂ ਪਿੱਛੇ ਰਹਿ ਗਿਆ ਕਿਧਰੇ, ਮੈਂ ਅੱਗੇ ਆ ਗਿਆ ਕਿਉਂਕਿ ਉੱਥੋਂ ਚੈਕਿੰਗ ਹੁੰਦੀ ਅਤੇ ਉਹਨਾਂ ਦਾ ਕਰੀਏ ਇੰਤਜ਼ਾਰ। ਮੋਹਸਨ ਅਤੇ ਨਾ ਕਦੀਰ ਲੱਗ ਜਾਂਦਾ ਜੀ ਪਤਾ। ਇੱਥੇ ਅੱਗੇ ਜਿਹੜਾ ਉਹ ਫਿਰ ਮੈਨੂੰ ਲੱਗਦਾ ਚੈਕਿੰਗ ਹੋਣੀ ਹੈ। ਇਹ ਬੱਸ ਵਾਲੇ ਮੈਨੂੰ ਲੱਗਦਾ ਕਿਸੇ ਕਾਫੀ ਦੂਰੋਂ ਆਏ ਨੇ, ਜਿਹੜਾ ਅੱਗੇ ਜਾਂਦੀ ਵੀ ਬੱਸ ਅਤੇ ਛੱਤ ਤੱਕ ਵੀ ਆਵਾਮ ਹੈਗੀ ਹੈ, ਵਿੱਚ ਵੀ ਫੁੱਲ ਅਤੇ ਛੱਤ ਵੀ ਭਰੀ। ਇਹ ਚੈੱਕ ਕਰੋ ਜੀ, ਇੱਥੋਂ ਇੰਡੀਆ ਔਰ ਪਾਕਿਸਤਾਨ ਦਾ ਫਲੈਗ ਬਿਲਕੁਲ ਨਜ਼ਰ ਆ ਰਿਹਾ ਜੀ, ਪਹੁੰਚ ਗਏ ਕਰੀਬ ਕਰੀਬ ਤਰੀਨ ਪਹੁੰਚਦੇ ਜਾ ਰਹੇ ਹਾਂ। ਅਤੇ ਪਾਕਿਸਤਾਨੀ ਫਲੈਗ ਜਿਹੜਾ ਉਹ ਵੀ ਪਹਿਲੇ ਉਹਨਾਂ ਨੇ ਲਾਇਆ ਹੋਇਆ ਸੀ, ਉਹ ਚੈੱਕ ਕਰੋ। ਅਤੇ ਹੁਣ ਜਿਹੜਾ ਉਹਨੂੰ ਵੀ ਉੱਤੇ ਚੜ੍ਹਾਈ ਜਾਂਦੇ ਨੇ, ਪਹਿਲੇ ਉਤਾਰਿਆ ਹੋਇਆ ਸੀ ਅਤੇ ਹੁਣ ਉਹਨੂੰ ਆਹਿਸਤਾ ਆਹਿਸਤਾ ਵੇਖੋ ਉੱਪਰ ਉਹ ਵੀ ਜਾ ਰਿਹਾ। ਅਤੇ ਬਾਕੀ ਇਹ ਵਾਲੀ ਜਿਹੜੀ ਜਗ੍ਹਾ ਵਾਹਗਾ ਬਾਰਡਰ ਦੀ ਇੱਧਰਲੀ ਜਿਹੜੀ ਵੀ ਸਾਈਡ ਹੈ ਇਹ ਉਹ ਸਾਈਡ ਹੈ ਜੀ, ਇੱਧਰ ਗੱਡੀਆਂ ਉਹ ਆਉਂਦੀਆਂ ਨੇ ਜਿਹੜੀਆਂ ਕਿ ਸਮਾਨ ਲਿਜਾਣ ਜਾਂ ਲਿਆਉਣ ਵਾਸਤੇ ਇੰਡੀਆ ਐਪ ਕੋ ਇੰਡੀਆ 'ਚੋਂ ਗੱਡੀ ਆਈ ਖੜੀ ਹੈ। ਦੂਰ ਹੈ ਥੋੜ੍ਹੀ ਜੀ, ਪਤਾ ਨਹੀਂ ਚੱਲਦਾ ਵੀ ਉਹ ਕੀ ਲੈ ਕੇ ਆਈ ਹੈ, ਲੇਕਿਨ ਕੋਈ ਨਾ ਕੋਈ ਚੀਜ਼ ਆਈ ਖੜੀ ਹੈ। ਇੱਥੋਂ ਇਹਨਾਂ ਦੀ ਪਾਸਿੰਗ ਆਊਟ ਹੁੰਦਾ, ਚੈੱਕ ਕਸਟਮ ਵਗੈਰਾ ਲੱਗ ਕੇ ਅਤੇ ਫਿਰ ਅੱਗੇ ਉਹ ਉੱਧਰ ਪਿੱਛੇ ਗੇਟ ਹੈ, ਉੱਥੋਂ ਜਿਹੜਾ ਨਿਕਲ ਕੇ ਪਾਕਿਸਤਾਨ ਲਾਹੌਰ ਨੂੰ ਚਲੀ ਜਾਂਦੀ। ਲਾਹੌਰ ਇੱਥੋਂ ਐਵੇਂ 12-13 ਕਿਲੋਮੀਟਰ ਦੇ ਇਹ ਕੰਮ ਵੀ ਹੋ ਰਿਹਾ, ਜ਼ੀਦ ਵੀ ਅਤੇ ਚੇਡੂ ਮੇਰੇ ਨਾਲ ਦਾ
ਚੈੱਕ ਕਰੋ ਵੀ ਅੱਗੇ ਅੱਗੇ ਜਿਹੜਾ ਉਹ ਨੱਸਿਆ ਜਾਂਦਾ, ਬਹੁਤ ਪੰਧੇ ਪੈਦਲ ਆਉਣਾ ਪਿਆ। ਉਹ ਜਿਹੜਾ ਸਾਡਾ ਬੇਲੀ ਮੋਟਰਸਾਈਕਲ ਵਾਲਾ ਸੀ ਉਹ ਪਹਿਲੇ ਹੀ ਲੈ ਕੇ ਅਤੇ ਮੋਟਰਸਾਈਕਲ ਫਰਾਰ ਹੋਇਆ। ਉਹ ਕਿੱਥੋਂ ਤਾਂ ਟੁਰਨ ਲੱਗੇ ਹਾਂ ਜੀ, ਉਹਨੂੰ ਚਾਹੀਦਾ ਸੀ ਸਾਨੂੰ ਪਾ ਕੇ ਲਿਆਉਂਦਾ, ਲੇਕਿਨ ਚਲੋ ਉਹਦੀ ਮਰਜ਼ੀ ਹੈ। ਆ ਗਿਆ ਹੁਣ ਨਿਬੜ ਲੈਣ ਨੂੰ ਖੇਡੂ ਰੁਕ ਹੋਏ। ਲਓ ਜੀ, ਪਾਕਿਸਤਾਨ ਵਾਲੀ ਸਾਈਡ 'ਤੇ ਜਿਹੜਾ ਫਲੈਗ ਦਾ ਇਹ ਟਾਵਰ ਹੈ, ਇਹਦਾ ਇਹਦੀ ਉਚਾਈ ਹੈਗੀ 410 ਫੁੱਟ ਲੰਬਾ ਜੀ, ਮਤਲਬ ਉਹ ਤਾਂ ਇਹਦੀ ਉਚਾਈ ਇੰਨੀ ਹੈ। ਅਤੇ ਇੰਡੀਆ ਵਾਲੀ ਸਾਈਡ ਦਾ ਨਹੀਂ ਪਤਾ, ਅਗਰ ਉੱਧਰ ਸਾਡਾ ਕੋਈ ਦੋਸਤ ਸਾਨੂੰ ਵੇਖ ਰਿਹਾ ਉਹਨੂੰ ਪਤਾ ਅਤੇ ਉਹ ਵੀ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸੇ ਵੀ ਉਹਦੀ ਉਚਾਈ ਇੰਨੀ ਹੈ। ਇਹ ਵੇਖੋ ਜੀ, ਜਿਹੜੀ ਗੱਡੀ ਦਾ ਮੈਂ ਜ਼ਿਕਰ ਕਰ ਰਿਹਾ ਸੀ ਉਹ ਇਹ ਖੜੀਆਂ, ਅੱਗੇ ਉੱਧਰ ਹੋਰ ਵੀ ਸੀ ਵੱਡੇ ਟਰਾਲੇ NLC, ਅਤੇ ਇਹਦੇ ਨਾਲ ਹੀ ਅੱਗੇ ਗੇਟ ਵੀ ਇੱਥੋਂ ਨਜ਼ਰ ਆਉਂਦਾ ਪਿਆ ਹੁਣ, ਜਿਹੜਾ ਉਹ ਥੋੜ੍ਹਾ ਥੋੜ੍ਹਾ ਬਿਲੂ ਰੰਗ ਦਾ, ਠੀਕ ਹੈ। ਉੱਥੋਂ ਅੱਗੇ ਬਾਰਡਰ ਸ਼ੁਰੂ ਹੋ ਜਾਂਦਾ ਇੰਡੀਅਨ। ਲਓ ਜੀ ਇਹ ਵੇਖੋ, ਚੈੱਕ ਕਰ ਲਓ ਜੀ, ਇੱਥੋਂ ਲਾਹੌਰ ਰੋਡ 14 ਕਿਲੋਮੀਟਰ ਹੈ। ਕੁਛ ਸ਼ਾਮਦੀ ਵੈਲਕਮ ਟੂ ਪਾਕਿਸਤਾਨ ਲਾਹੌਰ ਰੇਲਵੇ ਸਟੇਸ਼ਨ 23 ਕਿਲੋਮੀਟਰ ਹੈ। ਅਤੇ ਇਹ ਵਾਹਗਾ ਬਾਰਡਰ ਹੈ ਜੀ, ਇੰਟਰ ਹੁੰਦੇ ਹਾਂ ਅਤੇ ਹੁਣ ਲੱਗ ਜਾਂਦਾ ਪਤਾ। ਆਵਾਮ ਫਿਲਹਾਲ ਇੱਥੇ, ਇੱਥੋਂ ਅੱਗੇ ਐਂਟਰੀ ਹੁਣ ਵੇਖੋ ਕਦੋਂ ਸ਼ੁਰੂ ਹੁੰਦੀ ਹੈ ਅਤੇ ਕਦੋਂ ਅੱਗੇ ਜਾਣ ਦਿੰਦੇ ਨੇ। ਫਿਲਹਾਲ ਆਵਾਮ ਜਿਹੜੇ ਇਹ ਲਓ ਫੜੋ, ਇਹ ਵੇਖੋ ਜੀ, ਇਹ ਬੰਦੇ ਨੇ ਦੋ ਨੰਬਰੀ ਕੀਤੀ। ਕਿੰਨੇ ਮੇਰਾ ਕਸੂਰ ਬਣਾਈ ਜਾਂਦੇ ਜੇ, ਮੈਂ 50 ਜਗ੍ਹਾ ਮੋਟਰਸਾਈਕਲ ਚੈੱਕ ਕਰਾਈ ਯਾਰ। ਅੱਛਾ ਵਾਹ ਜੀ, ਇਹ ਵੀ ਹੀਰੋ ਬਣਿਆ ਖੜਾ ਜੀ। ਇਹ ਗੱਡੀ ਜੀ ਅੰਦਰ ਆਵਾਗਾ ਬਾਰਡਰ ਕੰਮ ਹੋ ਰਿਹਾ, ਉੱਥੇ ਮਸਾਲਾ ਲੈ ਕੇ ਜਾ ਰਹੀ ਹੈ। ਖੇਡੂ ਕਿੱਧਰ ਮੂੰਹ ਰੱਖੀ ਜਾਂਦਾ। ਕਿੱਥੇ ਦਾ ਚੇਡੂ ਕਿੱਥੇ, ਚੈੱਕ ਕਰ ਲਓ। ਜਦੋਂ ਰੱਬ ਦਿੰਦਾ ਛੱਪਰ ਪਾੜ ਤੇ ਹੀ ਦਿੰਦਾ ਤੇ ਚੈਨੀ ਉੱਥੇ ਬੰਦੇ ਮਿੰਤਾਂ ਕਰਦੇ ਰਹਿੰਦੇ ਤੇ ਮੇਰੇ ਵੇਲੋ ਰੱਬ ਵੱਲੋਂ ਹੀ। ਕਿੱਧਰ ਕਰ ਲਿਆ ਚੈਨਾ ਸਾਹਿਬ ਮੂੰਹ, ਵਾਕਈ ਯਾਰ ਇਹ ਤਾਂ ਆਪਣੇ ਤੂੰ ਵੀ। Who are you? I'm fine. Good, good. Where are you from? Japan. Japan? Japan, yeah. Ah, good. ਹੁਣ ਕਿਵੇਂ ਆ ਗਿਆ ਸੀ ਦਾ ਸਮਝਾ ਚੈਨਾ ਦਾ। Good. ਜੀ ਮੈਂ ਮੈਨੂੰ ਪੁੱਛੀ ਜਾਣਾ ਲੋਕਾਂ ਨਹੀਂ ਦੇਣਾ ਇੰਗਲਿਸ਼ ਯਾਰ।
ਆਵਾਮ ਚੈੱਕ ਕਰੋ ਜੀ, ਉੱਧਰ ਵੀ ਇੱਦਾਂ ਕਰ ਰਹੇ ਨੇ। ਇੰਡੀਅਨ ਆਵਾਮ ਕੋਣ ਹੋਵੇ।